ਨਹੀਂ ਸੀ ਕੁੰਡੀ ਲਾਈ ਮੇਰਾ ਮੋਬਾਈਲ ਫੜ ਲਿਆ ਹੱਥ ਚੋਂ ਪਹਿਲਾਂ ਮੋਬਾਈਲ ਤੋੜਿਆ ਅਤੇ ਫਿਰ ਮੇਰੇ ਦੋ ਚਾਰ ਲਾਈਆਂ ਫਿਰ ਕਹਿੰਦੇ ਤੁਹਾਨੂੰ ਕੋਲ ਪੈਸੇ ਆ ਸਾਨੂੰ 50 ਲੱਖ ਰੁਪਈਆ ਦਿਓ ਮੈਂ ਵੀ ਤੁਸੀਂ ਹੁਣ ਤਾਂ ਮੇਰੇ ਕੋਲ 5-7 ਹਜ਼ਾਰ ਹੈ ਤੁਸੀਂ ਮੈਂ ਕਿਸੇ ਤੋਂ ਲੈ ਦੂ ਕੇ ਤੁਹਾਨੂੰ 2-4 ਦਿਨਾਂ 'ਚ ਦੇ ਦੂ ਫਿਰ ਉਹਨਾਂ ਨੇ 5-10 ਚੰਗੀਆਂ ਲਾਈਆਂ ਕਹਿੰਦੇ ਜੇ ਰੌਲਾ ਪਾਇਆ ਜਾਂ ਹੋਰ ਕੀਤਾ ਤਾਂ ਅਸੀਂ ਮਾਰ ਦਾਂਗੇ ਅਸੀਂ ਹੋਰਾਂ ਤੋਂ ਵੀ ਕਈਆਂ ਤੋਂ ਲੈ ਕੇ ਗਿਆ ਕਹਿੰਦੇ ਕੁਲਵੰਤ ਤੋਂ ਵੀ ਗੁੱਟ ਕੇ ਲੈ ਕੇ ਗਏ ਅਸੀਂ ਜੋ ਉਹਨਾਂ ਨੇ ਮੈਨੂੰ ਵੈਡਿੰਗ ਬੋਲੀ ਜਿਹੜੇ ਅੰਦਰ ਆਏ ਸੀ 3 ਸੀ ਮੈਨੂੰ ਨਹੀਂ ਪਤਾ ਦੋ ਸਰਦਾਰ ਇੱਕ ਮੋਨਾ ਜਿਹੜਾ ਮੇਰੇ ਡਰਾਈਵਰ ਨੇ ਦੱਸਿਆ ਗਾਰ ਗੱਡੀ ਸਟਾਰਟ ਕਰ ਰੱਖੀ ਸੀ ਇੱਕ ਬੰਦਾ ਗੱਡੀ 'ਚ ਸੀ ਨੋਵਾ ਗੱਡੀ ਦੱਸਦਾ ਡਰਾਈਵਰ ਨੇ ਦੱਸਿਆ ਮੇਰੇ ਇੱਕ ਮਹੀਨਾ ਪਹਿਲਾਂ ਵੀ ਮੈਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ 24 ਜਨਵਰੀ ਨੂੰ ਜਦੋਂ ਕਿ ਮੈਂ ਉੱਥੇ ਜਾ ਰਿਹਾ ਸੀਗਾ ਮਾਨਸਾ ਸ਼ਾਮ ਨੂੰ ਇੱਕ ਗੱਡੀ ਵਾਲੇ ਨੇ ਅੱਗੇ ਗੱਡੀ ਲਾਈ ਚਲੋ ਡਰਾਈਵਰ ਉਹ ਸੀ ਅਸੀਂ ਰੁਕੇ ਨਹੀਂ ਅਤੇ ਉਹਨੇ ਅੱਗੇ ਮਤਲਬ ਹੱਥ ਖੜਿਆ ਅਸੀਂ ਖੜੇ ਨਹੀਂ ਫਿਰ ਅਸੀਂ ਪਿੰਡ 'ਚ ਵਾ ਵੀ ਉਹਦੀ ਵੀ ਕੋਈ ਕੀ ਸਰਕਾਰ ਤੋਂ ਕੀ ਉਹ ਕਰਦੀ ਸਾਹਮਣੇ ਮੇਰੇ ਕਹਿਣ ਦੇ ਤਾਂ ਕੀ ਸਾਹਮਣੇ ਹੈ ਜੋ ਕੁਛ ਹੋ ਰਿਹਾ ਮੇਰੇ ਨਾਲ ਇਕੱਲੇ ਨਾਲ ਕੀ ਦੁਨੀਆਂ ਨਾਲ ਹੋ ਰਿਹਾ ਸਾਹਮਣੇ ਹੈ ਜੋ ਵੀ ਹੈ